ਨਹੀਂ ਸਮਾਂ ਭਾਗਾਂ ਨਾਲ ਹੀ ਮਿਲਦਾ ਕਿਉਂਕਿ ਦੋ ਲੰਗਰ ਚੱਲਦੇ ਨੇ ਇੱਕ ਆਤਮਾ ਦਾ ਲੰਗਰ ਤੇ ਇੱਕ ਸਾਡੇ ਤ੍ਰੈਮਣ ਦਿਹੋਰੀ ਚੱਲੇ ਪਾਣੀ ਅੰਨ ਇਹ ਸਰੀਰ ਵੀ ਅੰਨ ਪਾਣੀ ਨਾਲ ਚੱਲਦਾ ਤੇ ਲੰਗਰ ਵੀ ਖੁੱਲ ਚੁੱਕਾ ਜਿਹਨਾਂ ਨੂੰ ਜ਼ਿਆਦਾ ਭੁੱਖ ਲੱਗੀ ਉਹ ਛੱਕ ਵੀ ਸਕਦੇ ਨੇ ਇਸ ਕਰਕੇ ਗੁਰਬਾਣੀ ਦਾ ਲੰਗਰ ਹਜੇ ਥੋੜ੍ਹਾ ਚਿਰ ਹੋਰ ਚੱਲਣਾ ਸਾਡੇ ਸਤਿਕਾਰਯੋਗ ਖਾਲਸਾ ਜੀ ਦੇ ਸ਼ਾਗਿਰਦ ਭਾਈ ਬੇਅੰਤ ਸਿੰਘ ਜੀ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਅਤੇ ਬਠਿੰਡੇ ਵਾਲੀ ਸਾਧ ਸੰਗਤ ਗੁਰੂ ਚਰਨਾਂ ਵਿੱਚ ਉਹ ਆਪ ਜੀ ਨੂੰ ਗੁਰਬਾਣੀ ਰਾਹੀਂ ਅਤੇ ਉਹਨਾਂ ਨੂੰ ਬਾਪੂ ਜੀ ਹੋਰਾਂ ਨੂੰ ਮੈਂ ਬਾਪੂ ਜੀ ਹੋਰਾਂ ਦੇ ਵੀ ਦਰਸ਼ਨ ਕੀਤੇ ਆ ਭਾਗਾਂ ਵਾਲੇ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਮਾਤਾ ਜੀ ਵੀ ਦਰਸ਼ਨ ਕੀਤੇ ਆ ਅਤੇ ਸਾਧ ਸੰਗਤ ਅੱਜ ਜਿੱਥੇ ਬਾਪੂ ਜੀ ਨੂੰ ਯਾਦ ਕਰਦੇ ਉੱਥੇ ਮਾਤਾ ਜੀ ਨੂੰ ਯਾਦ ਆ ਰਹੀ ਹੈ ਅਤੇ ਉੱਥੇ ਖਾਲਸਾ ਜੀ ਦਾ ਅਤੇ ਆਪਣੇ ਹਿਰਦੇ ਵਿੱਚ ਉਹਨਾਂ ਆਪਣੇ ਥਾਂ ਬਣ ਚੁੱਕਾ ਕਿਉਂਕਿ ਉਹਨਾਂ ਨੇ ਦੇਣ ਹੀ ਇੰਨੀ ਦਿੱਤੀ ਹੈ ਤੋ ਸਾਧ ਸੰਗਤ ਗੁਰੂ ਚਰਨਾਂ ਵਿੱਚ ਆਓ ਉਹਨਾਂ ਦੇ ਸ਼ਾਗਿਰਦ ਬਠਿੰਡੇ ਤੋਂ ਸਰਦਾਰ ਭਾਈ ਬੇਅੰਤ ਸਿੰਘ ਜੀ ਸਰਵਣ ਕਰੋ ਜੀ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਸੁਰੀਲੇ ਦੀ ਸਾਰੇ ਸੁਰੀਲੇ ਰਾਗੀ ਸਿੰਘਾਂ ਨੇ ਆਪਣੇ ਸਾਰੇ ਸੰਗਤ ਕ੍ਰਿਸ਼ਨ ਸਰਵਣ ਕਰਾਇਆ ਹੈ ਸੋ ਹੁਣ ਤਾਂ ਕੁਛ ਬੋਲਣ ਨੂੰ ਵੀ ਜੀ ਨਹੀਂ ਕਰਦਾ ਕਿਉਂਕਿ ਮੈਂ ਤਾਂ ਸਾਰਿਆਂ ਤੋਂ ਛੋਟਾ ਮੰਨਦਾ ਆਪਣੇ ਆਪ ਨੂੰ ਉਸਤਾਦ ਜੀ ਨਾਲ ਬਹੁਤ ਕਿਉਂਕਿ ਜਿਸ ਤਰ੍ਹਾਂ ਮੇਰੇ ਵੀਰ ਛੋਟੇ ਵੀਰ ਕਰਨ ਨੇ ਦੱਸਿਆ ਕਿ ਹੁਣ ਸਾਡਾ ਵੀ ਉਸ ਤਰ੍ਹਾਂ ਮਨ ਭਰ ਗਿਆ ਬਹੁਤ ਜ਼ਿਆਦਾ ਕੁਛ ਗਾਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਮੈਂ ਬਹੁਤ ਜ਼ਿਆਦਾ ਜ਼ਿਆਦਾ ਜੁੜੀਆਂ ਹੋਈਆਂ ਲਾਸਟ ਟਾਈਮ ਥੋੜ੍ਹਾ ਸਮਾਂ ਪਹਿਲਾਂ ਹੀ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਘਰ ਸੀ ਮੈਨੂੰ ਕਹਿੰਦੇ ਬੱਚੂ ਜਾਂ ਮੈਨੂੰ ਸੋਹਣਾ ਕਹਿੰਦੇ ਦੱਸੇ ਹਾਲਾਂਕਿ ਤੁਹਾਨੂੰ ਪਤਾ ਹੀ ਹੈ ਸੋਹਣਾ ਕਿਹੜੇ ਪਾਸੋਂ ਪਰ ਉਹਨਾਂ ਨੇ ਸੋਹਣਾ ਕਹਿਣਾ ਮੈਨੂੰ ਕਹਿੰਦੇ ਸੁਣਿਆ ਮੈਂ ਬੱਚੂ ਮੈਂ ਤੇਰੇ ਪਿੰਡ ਕੋਲ ਦੀ ਲੰਘ ਚੱਲਿਆ ਉਹ ਮਸਕੀਨ ਦੇ ਰਿਸ਼ਤੇਦਾਰੀ ਦੇ ਵਿੱਚ ਕੋਈ ਡੈਥ ਹੋਈ ਸ਼ਾਇਦ ਉੱਥੇ ਭੋਗ ਕੇ ਆਈ ਸੀ ਸ਼ਾਇਦ ਉਸ ਤੋਂ ਪਤਾ ਨਹੀਂ ਸ਼ਾਇਦ ਬਾਅਦ ਦੀ ਗੱਲ ਕਹਿੰਦੇ ਮੈਂ ਲੰਘ ਚੱਲਿਆ ਮੇਰੀ ਫਲਾਈਟ ਹੈ ਅਤੇ ਮੈਂ ਬਹੁਤ ਮਜ਼ਬੂਰੀ 'ਚ ਆਉਣਾ ਇਸ ਟਾਈਮ ਆ ਨਹੀਂ ਸਕਦਾ ਅਤੇ ਮੈਂ ਉਹਨਾਂ ਨਾਲ ਬੜਾ ਗਿਲਾ ਕੀਤਾ ਕਿ ਤੁਹਾਡੀ ਨੂੰਹ ਤੁਹਾਡੇ ਨਾਲ ਬਹੁਤ ਗੁੱਸਿਆ ਅਤੇ ਤੁਸੀਂ ਘਰ ਨਹੀਂ ਆਏ ਅਤੇ ਮੈਨੂੰ ਕਹਿੰਦੇ ਨਹੀਂ ਬੱਚੋ ਨੈਕਸਟ ਟਾਈਮ ਜਦੋਂ ਵੀ ਮੈਂ ਇੱਧਰ ਆਇਆ ਬਠਿੰਡੇ ਤਾਂ ਜਿਹੜੀ ਮੇਰੀ ਸਟੇਜ ਆ ਉਹ ਤੇਰੇ ਘਰ ਵਾਲੀ ਅਤੇ ਉਹ ਨੈਕਸਟ ਟਾਈਮ ਹੀ ਨਹੀਂ ਆਇਆ ਬਾਕੀ ਬਾਪੂ ਜੀ ਹੋਰਾਂ ਨਾਲ ਬਾਪੂ ਚਰਨ ਸਿੰਘ ਜੀ ਸਾਡੇ ਦਾਦਾ ਜੀ ਉਹਨਾਂ ਨਾਲ ਮੇਰੀਆਂ ਯਾਦਾਂ ਜੁੜੀਆਂ ਇਸੇ ਘਰ ਦੇ ਵਿੱਚ ਹੀ ਜਦੋਂ ਗਗਨ ਦਾ ਵਿਆਹ ਸੀ ਗਗਨ ਦੇ ਵਿਆਹ ਵਾਲੇ ਮੈਨੂੰ ਬੇਬੇ ਅਤੇ ਬਾਪੂ ਜੀ ਦੋਨਾਂ ਦੀ ਸੇਵਾ ਕਰਨ ਦਾ ਬੜਾ ਮੌਕਾ ਮਿਲਿਆ ਉਹ ਉਸ ਟਾਈਮ ਦਾਦੀ ਜੀ ਨੂੰ ਉਸ ਸਮੇਂ ਕੋਈ ਪ੍ਰੋਬਲਮ ਸੀ ਸ਼ਾਇਦ ਬਿਮਾਰ ਸੀ ਅਤੇ ਮੈਂ ਉਹਨਾਂ ਨੂੰ ਪਪੀਤਾ ਲਿਆ ਕੇ ਖਵਾਇਆ ਮੈਨੂੰ ਕਹਿੰਦੇ ਬੱਚੇ ਤੈਨੂੰ ਕਿਉਂ ਪਤਾ ਲੱਗਿਆ ਵੀ ਪਪੀਤੇ ਦੀ ਲੋੜ ਆ ਮੈਨੂੰ ਪਪੀਤਾ ਖਾਣਾ ਮੈਂ ਅਤੇ ਮੈਨੂੰ ਬੜੀਆਂ ਯਾਦਾਂ ਹਨ ਅਤੇ ਜਿਸ ਦਿਨ ਉਸਤਾਦ ਜੀ ਨੇ ਆਪਣੇ ਘਰ ਦੀ ਮੋਡੀਫਿਕੇਸ਼ਨ ਕਰਵਾਈ ਅਤੇ ਉਸ ਕੁਛ ਸਮੇਂ ਤੋਂ ਬਾਅਦ ਮੈਂ ਘਰ ਗਿਆ ਉਹਨਾਂ ਦੇ ਤਾਂ ਇੰਨਾ ਚਾਅ ਉਹਨਾਂ ਨੂੰ ਕਿ ਮੇਰੇ ਬੇਟੇ ਨੇ ਦੇਖੋ ਮੇਰੇ ਬੱਚਿਆਂ ਨੇ ਕੀ ਕੁਛ ਪੱਟੀਆਂ ਕੀਤੀਆਂ ਅਤੇ ਮੈਂ ਘਰ ਦੇਖਣ ਲੱਗ ਗਿਆ ਅਤੇ ਬਹੁਤ ਸੋਹਣਾ ਬਣਾਇਆ ਅਤੇ ਮੈਨੂੰ ਉੱਪਰ ਲੈ ਕੇ ਜਾਣ ਲੱਗੇ ਕਹਿੰਦੇ ਉੱਪਰ ਦੇਖਿਆ ਉੱਪਰ ਬੜਾ ਸੋਹਣਾ ਬਣਾਇਆ ਅਤੇ ਇੰਨਾ ਉਹਨਾਂ ਨੂੰ ਚਾਅ ਰਹਿਣਾ ਅਤੇ ਮੇਰੇ ਨਾਲ ਬੜਾ ਪ੍ਰੇਮ ਕਰਦੇ ਸੀ ਬਹੁਤ ਜ਼ਿਆਦਾ ਥੋੜ੍ਹਾ ਸਮਾਂ ਉਹਨਾਂ ਨਾਲ ਰਹਿਣ ਦਾ ਮੌਕਾ ਮਿਲਿਆ ਪਰ ਬੜਾ ਪ੍ਰੇਮ ਕੀਤਾ ਸੋ ਹੁਣ ਮੇਰਾ ਤਾਂ ਪਹਿਲੇ ਗੱਲ ਸੁੱਕ ਰਿਹਾ ਕਿਉਂਕਿ ਇੰਨੇ ਸੁਰੀਲੇ ਰਾਗਿਆਂ ਕੀਰਤੀਆਂ ਨੂੰ ਸੁਣ ਸਕਿਆ ਅਤੇ ਹੁਣ ਹਾਜ਼ਰੀ ਪ੍ਰਮਾਣ ਕਰੀ ਬਸ ਕਿਉਂਕਿ ਬਹੁਤ ਗਲਤੀਆਂ ਹੋਣਗੀਆਂ ਕਿਉਂਕਿ ਮਨ ਭਰਿਆ ਹੋਇਆ ਗਾਇਆ ਨਹੀਂ ਜਾਣਾ ਦੂਸਰੀ ਬੇਨਤੀ ਹੈ ਕਿਉਂਕਿ ਉਹ ਨਾ ਗਾਉਣ ਦਾ ਕਾਰਨ ਕਿ ਵੀ ਕਈ ਸਾਲਾਂ ਤੋਂ ਮੇਰਾ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੋਇਆ
ਤੇ ਉਸ ਕਰਕੇ ਬਹੁਤ ਕੋਈ ਮਿਹਨਤ ਵਗੈਰਾ ਕੁਛ ਨਹੀਂ ਹੋਇਆ ਹੁਣ ਸਾਰੇ ਰਲ ਮਿਲ ਕੇ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਆਓ ਰਲ ਮਿਲ ਕੇ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਉਸਤਾਦ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਸਾਡੇ ਬਾਪੂ ਜੀ ਉਹਨਾਂ ਨੂੰ ਆਪਣੇ ਚਰਨਾਂ ਦੇ ਤਨਵਾਸ ਬਖਸ਼ਿਸ਼ ਕਰਨ ਆਓ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਸਜਣ ਅਸੀਂ ਸੜੀਆਂ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ
सदा सुख होए, सदा सुख होए, सदा सुख होए, सदा सुख होए, देहो सजन आशीषणिया, So
मेरे घर च दो ढाई साल उन्होंने मेहनत कटिया उन्होंने तरले पाए चाचा जी ने बहुत मेरे से कृपा की इन्होंने उन्होंने जरूर शिगिरद पाता उन्होंने मैं अपना शिगिरद पाया मेरे से बहुत कृपा की मेरे वास्ते बहुत बड़े भागा वाली गल है कि मैं इस परिवार के जुड़े होने का माण हासिल मेरे चाचा जी भाई जसवीर सिंह जी खालसा मेरे छोटे वीर शाम के कारण मैं इस परिवार के जुड़न का मेरे माता जी माता नसीब कौर मेरे मासी जी माता सतनाम कौर जी बहुत सारा इन्हों का प्यार मैं मिलता रहा हूँ भी मिलता कि मैं आस करता भी इन्हों का इस परिवार का मैं अगे तो प्यार मिलता रहेगा ताकि मैं अपने उस्ताद जी की याद कदे ना भुला सो इतनिया बेनतियां प्रवान कर वाहेगुरु जी का खालसा वाहेगुरु जी की फतेह आप जी की भाई से भाई बलविंदर सिंह जी हजूरी कीर्तनी है सचखंड उन्होंने बड़े सत्कारना जीव कहा जाता है इस दिन मैं एक बेनती होर करा कि अज इस गिल परिवार के मुख मैंबर ने सरदार साहब गुरबचन सिंह जी यूएसए वो चाहते हैं कि अपने वे वीर जी की अंतम अरदास मैं अमेरिका से चल के अमृतसर शामिल होव पर कई बार लीगली तौर पर बंदे कई मजबूरिया होंगे चाहते हुए भी नहीं आ सके मैं तुम्हें सारियां गुरमुख प्यारे भाई से भाई गुरबचन सिंह जी खालसा यूएसए उन्होंने वालों तो उन्होंने परिवार वालों जीवन आखता हाँ धन्यवाद आओ भाई गुरबचन सिंह जी पासों एक शब्द शर्म करिए उपरंत आनंद साहब के जाप नाल संपूर्णता की अरदास हो सो दिन जाही
करना पूछ रहन तेरे ना संग चलत है हम भी चलना दूर गमन सिर ऊपर मरना दूर गमन सिर ऊपर मरना मेरा कलर मैं तेरे कैमरा बताऊं कौन सा जा वाहेगुरु होवना